जिन्हां ने राजिया ने पिंड का नाम दुनिया के कोने कोने विच रोशन किया। असी गल कर लगे हैं सरदार गुरदयाल सिंह बिल्लू मल जी नाल। सरदार गुरदयाल सिंह बिल्लू जी, सब तो पहला सानू अपने माता पिता बारे दसो। प्यो का नाम जी सदागर सिंह, माँ का नाम हरकर। थोड़ा जन्म कित्थे होया? कोकरी। तुसी कबड्डी खेडन किन्नी उम्र च लगे सीगे? 22 साल च कबड्डी खेडन लग गए सी। ते पहला जिहड़ा मैच जित्तिया तुसी कबड्डी दा, इनाम जिहड़ा पहला राजिया ने पिंड दी झोली पाया, वह पहले मैच बारे साडे नाल गल करो। फरीदकोट वाला राजा आया, उहने मैनूं इक तखमा दित्ता। ਅਤੇ ਉਹ ਪਹਿਲਾ ਮੈਚ ਅਸੀਂ ਰੋਡੇ ਵਾਲੇ ਸਕੂਲ ਤੋਂ ਕਬੱਡੀ ਦਾ ਜਿੱਤਿਆ, ਹਲ ਚੱਲਿਓ ਪਹਿਲਾਂ। ਜਦੋਂ ਬਿੱਲੂ ਰਾਜਿਆਣਾ ਚਾਰ ਛਪੇਰੇ ਹੋ ਗਈ ਸੀਗੀ, ਉਸ ਮੈਚ ਬਾਰੇ ਸਾਡੇ ਨਾਲ ਗੱਲ ਕਰੋ ਜੀ। ਉਹ ਮੈਚ ਉਦੋਂ ਮਗਰੋਂ ਮੈਂ ਗਿਆ ਖੇਡਣ ਕਿਲ੍ਹੇ ਰਾਏਪੁਰ। ਉੱਥੇ ਬਿਲਗੇ ਦੇ ਮੁੰਡੇ ਸੀ, 12 ਸਾਲ ਉਹਨਾਂ ਨੇ ਕੱਪ ਨਹੀਂ ਕਿਸੇ ਨੂੰ ਦਿੱਤਾ ਸੀ। ਮੈਂ ਜਾ ਕੇ ਕੱਪ ਜਿੱਤਿਆ, ਮੇਰਾ 3 ਸਾਲ ਦਾ ਕੱਪ ਉੱਥੇ ਪੱਕਾ ਕੀਤਾ ਪਿਆ ਕਿਲ੍ਹੇ ਰਾਏਪੁਰ। ਕਿਲ੍ਹੇ ਰਾਏਪੁਰ ਦਲੀਪ ਸਿੰਘ ਕਲਕੱਤੇ ਵਾਲੇ ਨੇ ਮੈਨੂੰ 125 ਰੁਪਈਏ ਪਹਿਲਾ ਨਾਮ ਮੈਨੂੰ ਕਿਲ੍ਹੇ ਰਾਏਪੁਰ ਮਿਲਿਆ। ਦਰਸ਼ਕੋ, ਜਿਹੜੇ ਸਮੇਂ ਦੀ ਬਾਬਾ ਗੁਰਦਿਆਲ ਸਿੰਘ ਬਿੱਲੂ ਜੀ ਮਲ ਗੱਲ ਕਰ ਰਹੇ ਹੈ, ਇਹ ਲਗਭਗ 60 ਸਾਲ ਪਹਿਲਾਂ ਦੀ ਗੱਲ ਹੋਵੇਗੀ। ਕੀ ਕਿਸੇ ਨੂੰ ਤੁਸੀਂ ਉਸਤਾਦ ਵੀ ਧਾਰਿਆ ਜਾਂ ਸਿੱਧੇ ਹੀ ਐਂਟਰੀ ਕਰ ਗਏ ਇਸ ਕੰਮ 'ਚ? ਸਾਡੇ ਤੋਂ ਪਹਿਲਾਂ ਮੁਸਲਮਾਨ ਖੇਡਦੇ ਹੁੰਦੇ ਸੀ, ਉਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ। ਉਦੋਂ ਮੁੜੋ ਇਕੱਲੀ ਤਗੜਾ ਹੋ ਗਿਆ, ਅਸੀਂ ਗੁਰੂ ਦਾ ਕੱਲੂ ਨੂੰ ਧਾਰ ਲਿਆ। ਸਾਡਾ ਵੱਡਾ ਸੀ ਸਾਤੋਂ, ਅਤੇ ਅਸੀਂ ਦੂਜਾ ਕੱਲੂ ਨੂੰ ਵੇਖ ਵੇਖ ਕੇ ਹੀ ਅਸੀਂ ਤਕੜੇ ਹੋਏ ਵੀ ਅਸੀਂ ਕਬੱਡੀ ਖੇਡਣ ਲੱਗਾਂਗੇ ਕਿਤੇ, ਵੀ ਸਾਨੂੰ ਵੀ ਰੱਬ ਲਾਊ ਕਬੱਡੀ ਖੇਡਣ। ਮੈਨੂੰ ਤਾਂ ਚਾਖ ਹੀ ਨਹੀਂ ਸੀ ਵੀ ਮੈਂ ਇੰਨਾ ਤਕੜਾ ਹੋ ਜਾਊਂਗਾ। ਪਰਮਾਤਮਾ ਨੇ ਮੇਰੀ ਗੁੱਡੀ ਬਹੁਤ ਚਾੜੀ ਆ। ਫਿਰ ਰਾਜਿਆਣਾ ਟੀਮ ਦੇ ਵਿੱਚ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਬੰਦੇ ਰਾਜਿਆਣੇ ਦੇ ਖੇਡਦੇ ਸੀਗੇ ਜੀ, ਇਸ ਗੱਲ ਬਾਰੇ ਦੱਸੋ। ਇੱਕ ਤਾਂ ਜੀ ਮੈਂ ਖੇਡਦਾ ਸੀ, ਦੂਜਾ ਕੱਲੂ ਖੇਡਦਾ ਯਾਗਰ ਸਿੰਘ ਕੱਲੂ, ਤੀਜਾ ਖੇਡਦਾ ਜੀ ਗੁਰਜਾਰਾ, ਚੌਥਾ ਖੇਡਦਾ ਜੀ ਜਗ ਸਿੰਘ, ਪੰਜਵਾਂ ਖੇਡਦਾ ਜੀ ਭਜਨ ਸਿੰਘ, ਛੇਵਾਂ ਖੇਡਦਾ ਜੀ ਘੁੱਗੀ ਸਰਦਾਰਾ, ਸੱਤਵਾਂ ਖੇਡਦਾ ਸੀ ਮਿੱਡੂ ਮੁਖਤਿਆਰ, ਅੱਠਵਾਂ ਖੇਡਦਾ ਟੇਕੂ ਕਾ ਮੇਹਰ ਸਿੰਘ ਲੰਬਰਦਾਰ। ਅਸੀਂ ਇਹ 8 ਉਦੋਂ ਟੀਮ ਦੇ ਹੁੰਦੇ ਸੀ ਜਦੋਂ ਪਹਿਲਾਂ ਮੈਂ ਖੇਡਣ ਲੱਗਾ। ਉਦੋਂ ਇਹ ਅਸੀਂ ਸਾਡੀ ਟੀਮ ਬਹੁਤ ਤਕੜੀ ਸੀ, ਅਸੀਂ ਬਹੁਤ ਮੈਚ ਜਿੱਤੇ ਆ। ਤੁਹਾਡੇ ਸਮੇਂ ਦੀ ਕਬੱਡੀ ਖੇਡ ਅਤੇ ਅੱਜ ਦੇ ਸਮੇਂ ਦੀ ਕਬੱਡੀ ਖੇਡ 'ਚ ਤੁਸੀਂ ਕੀ ਅੰਤਰ ਸਮਝਦੇ ਹੋ? ਮੈਂ ਉਹ ਸਮਝਦਾ ਬਿੱਲੂ ਵੇਲੀ ਕਬੱਡੀ ਕੱਖਾਂ ਦੀ, ਹੁਣ ਕਬੱਡੀ ਲੱਖਾਂ ਦੀ। ਸੋ ਸਰਦਾਰ ਗੁਰਦਿਆਲ ਸਿੰਘ ਬਿੱਲੂ ਜੀ, ਤੁਸੀਂ ਨਵੇਂ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਇਹ ਕਾਰਨ ਦੇ ਖਿਡਾਰੀਆਂ ਨੂੰ ਕਹਿਣਾ ਚਾਹੁੰਦੇ ਹਾਂ, ਹੱਥ ਬੰਨ ਕੇ ਬੇਨਤੀ ਆ, ਮੇਰੀ ਅਪੀਲ ਆ, ਇਹ ਜਿਹੜੇ ਖਿਡਾਰੀ ਆ ਇਹ ਨਸ਼ਿਆਂ ਤੋਂ ਬਚਣ, ਸਾਰਾ ਪੰਜਾਬ ਹਿੰਦੁਸਤਾਨ ਨਸ਼ਿਆਂ ਤੋਂ ਬਚਣ। ਮੈਂ ਜ਼ਿੰਦਗੀ ਗੱਲ ਜਾਂਦੀ ਹੈ, ਨਸ਼ਿਆਂ ਦੇ ਵਿੱਚ ਕੁਛ ਨਹੀਂ ਪਿਆ, ਇਹ ਤਾਂ ਬਿੰਦਕ ਦਾ ਹੁੰਦਾ, ਨਸ਼ਾ ਤਾਂ ਹੁੰਦਾ ਘਿਓ ਦੁੱਧ ਦਾ, ਇਹ ਤਾਂ ਬਣੌੜੀ ਨਸ਼ੇ ਆ, ਨਸ਼ਾ ਹੁੰਦਾ ਬਦਾਮਾਂ ਦਾ, ਨਸ਼ਾ ਹੁੰਦਾ ਨਿੱਤ ਖੇਡਣ ਦਾ, ਨਸ਼ਾ